ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਮੇਜ਼ਿੰਗ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਇਸ ਵਕਤ ਅਸੀਂ ਟੈਲੀਵਿਜ਼ਨ ਦੇ ਸੈੱਟ ਦੇ ਉੱਤੇ ਹਾਂ ਔਰ ਸਾਡੇ ਨਾਲ ਨੇ ਮੈਂਦੀ ਠੱਕਰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਅਸੀਂ ਸੈੱਟ ਦੇ ਉੱਤੇ ਹਾਂ ਔਰ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਮੈਮ, ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਤੁਹਾਡਾ ਇਸ ਮੂਵੀ ਦੇ ਉੱਤੇ ਕੀ ਰੋਲ ਹੈ? ਜੀ, ਮੇਰੇ ਕਿਰਦਾਰ ਦਾ ਨਾਮ ਹੈ ਰਾਣੋ। ਪੀਰੀਅਡ ਫਿਲਮ ਹੈ ਇਹ, ਉਸ ਟਾਈਮ ਦੀ ਫਿਲਮ ਹੈ ਜਦੋਂ ਟੈਲੀਵਿਜ਼ਨ ਨਵੇਂ ਨਵੇਂ ਆਏ ਸੀ ਪਿੰਡਾਂ ਵਿੱਚ, ਨਵੇਂ ਨਵੇਂ ਆਏ ਸੀ ਬਲੈਕ ਐਂਡ ਵਾਈਟ ਮੂਵੀਜ਼, ਉਹ ਯੂ ਨੋ ਬੋਕਸ ਟੀ ਵੀ। ਸੋ ਇਟਸ ਬੇਸਿਕਲੀ ਸਟੋਰੀ ਇਹ ਹੈ ਕਿ ਇੱਕ ਟੈਲੀਵਿਜ਼ਨ ਖਾਤਰ ਲੋਕ ਕੀ ਕੁਛ ਨਹੀਂ ਕਰਦੇ ਅਤੇ ਕੀ ਕੁਛ ਹੁੰਦਾ ਉਹਨਾਂ ਦੀ ਜ਼ਿੰਦਗੀ ਵਿੱਚ। ਅਤੇ ਮੇਰਾ ਜੋ ਕਿਰਦਾਰ ਹੈ ਰਾਣੋ ਦਾ ਅਤੇ ਕੁਲਵਿੰਦਰ ਬਿੱਲਾ ਜੀ ਨੇ ਫਿਲਮ ਵਿੱਚ, ਅਤੇ ਉਹਨਾਂ ਦਾ ਜੋ ਕਿਰਦਾਰ ਹੈ ਉਹ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ ਐਂਡ ਰੋਮਾਂਟਿਕ ਕਾਮੇਡੀ ਹੈ, ਬਟ ਟੈਲੀਵਿਜ਼ਨ ਜੋ ਹੈ ਉਹ ਹੀਰੋ ਹੀਰੋਇਨ ਨਾਲ ਹੀ ਹੈ ਸਾਡੇ, ਯੂ ਨੋ। ਸੋ ਪੂਰੀ ਫਿਲਮ ਕਾਮੇਡੀ ਆਫ ਐਰਰਸ ਹੈ ਕਿ ਬੇਸਿਕਲੀ ਕੀ ਮਾਹੌਲ ਬਣ ਜਾਂਦਾ ਪਿੰਡ ਦਾ ਜਦੋਂ ਇੱਕ ਨਵਾਂ ਟੀ ਵੀ ਕਿਸੇ ਦਾ ਘਰ ਆਉਂਦਾ, ਅਤੇ ਉਹਨੂੰ ਲੈ ਕੇ ਉਹਦੇ ਇਰਦ ਗਿਰਦ ਦੀ ਬਹੁਤ ਹੀ ਪਿਆਰੀ ਜਿਹੀ ਲਵ ਸਟੋਰੀ ਹੈ। ਅਤੇ ਬਹੁਤ ਆਈ ਥਿੰਕ ਜਿਹਨਾਂ ਨੂੰ ਪਤਾ ਹੈ, ਆਈ ਮੀਨ ਆਪਾਂ ਨੂੰ ਤਾਂ ਨਹੀਂ ਪਤਾ ਕਿ ਕੀ ਉਹ ਫੀਲਿੰਗ ਸੀ, ਪਰ ਜਿਹਨਾਂ ਨੂੰ ਪਤਾ ਕਿ ਕੀ ਫੀਲਿੰਗ ਸੀ ਜਦੋਂ ਟੈਲੀਵਿਜ਼ਨ ਨਵਾਂ ਨਵਾਂ ਘਰ ਆਉਂਦਾ ਹੈ ਅਤੇ ਕੀ ਕੁਛ ਹੁੰਦਾ ਸੀਗਾ, ਉਹਨਾਂ ਲਈ ਬਹੁਤ ਹੀ ਰਿਲੇਟੇਬਲ ਫਿਲਮ ਹੋਵੇਗੀ। ਸੋ ਮੈਂ ਇੱਕ ਸੀਨ ਕਰ ਰਹੇ ਸੀਗੇ ਕੁਛ ਦਿਨ ਪਹਿਲਾਂ, ਅਤੇ ਕਹਿੰਦੇ ਸੀ ਕਿ ਇੱਦਾਂ ਹੁੰਦਾ ਸੀ ਕਿ ਜਦੋਂ ਰਮਾਇਣ ਤੋਂ ਰਮਾਇਣ ਆਉਂਦੀ ਹੁੰਦੀ ਸੀ ਬਹੁਤ, ਹਾਂਜੀ। ਸੋ ਰਮਾਇਣ ਆਉਂਦੀ ਸੀ ਤਾਂ ਲੋਕ ਕੀ ਕਰਦੇ ਸੀ ਕਿ ਆਪਣੇ ਸ਼ੂਜ਼ ਲਾ ਕੇ ਰਮਾਇਣ ਦੇਖਣ ਜਾਂਦੇ ਸੀ, ਤਾਂ ਪੰਡਿਤ ਉੱਥੇ ਪੂਜਾ ਕਰ ਰਿਹਾ ਹੈ, ਅਤੇ ਉਹਨਾਂ ਨੂੰ ਲੱਗਦਾ ਕਿ ਜੋ ਟੈਲੀਵਿਜ਼ਨ ਵਿੱਚ ਗੱਲਾਂ ਕਰਦੇ ਨੇ ਉਹ ਐਕਚੁਅਲੀ ਅਸਲੀ ਨੇ। ਐਂਡ ਸੋ ਇਹ ਵੀ ਅਸੀਂ ਫਿਲਮ ਵਿੱਚ ਬਹੁਤ ਕੁਛ ਦਿਖਾਇਆ ਕਿ ਕਿੱਦਾਂ ਇੱਕ ਮੁੰਡੇ ਨੂੰ ਪਿਆਰ ਹੋ ਜਾਂਦਾ ਆ ਜੋ ਟੈਲੀਵਿਜ਼ਨ ਵਿੱਚ ਉਹ ਕੁੜੀ ਨੂੰ ਦੇਖਦਾ, ਕਿਰਦਾਰ ਲਾਈਕ ਇੱਕ ਐਕਟਰ ਨੂੰ ਦੇਖਦਾ ਹੈ। ਸੋ ਬਹੁਤ ਬਹੁਤ ਕੁਛ ਹੈ, ਬਹੁਤ ਸਵੀਟ ਹੈ ਜੀ, ਬਹੁਤ ਸਵੀਟ। ਤੁਹਾਡੇ ਨਾਲ ਜਿਹੜਾ ਮੇਨ ਐਕਟਰ ਨੇ ਉਹ ਕੌਣ ਰੋਲ ਕਰ ਰਹੇ ਨੇ? ਕੁਲਵਿੰਦਰ ਬਿੱਲਾ ਜੀ। ਕੁਲਵਿੰਦਰ ਬਿੱਲਾ ਜੀ ਕਰ ਰਹੇ ਨੇ। ਅੱਛਾ, ਇਹਦੇ ਵਿੱਚ ਜਿਹੜੇ ਸੌਂਗਸ ਵਗੈਰਾ ਨੇ ਜਿਹੜੇ ਨੇ ਉਹਨਾਂ ਦੇ ਸ਼ੂਟਸ ਵਗੈਰਾ ਹੋ ਚੁੱਕੇ ਨੇ ਜਾਂ ਹੋਣੇ ਨੇ? ਅਸੀਂ ਹੁਣ ਕਰਨੇ ਨੇ ਸਾਰਾ, ਹਾਂਜੀ ਸਾਰਾ ਡੋਕੀ ਪੋਰਸ਼ਨ ਆਲਮੋਸਟ ਖਤਮ ਹੋਣ ਲੱਗਾ ਅਤੇ ਹੁਣ ਫਿਰ ਅਸੀਂ ਸੌਂਗ ਸ਼ੁਰੂ ਕਰਨੇ। ਹਾਂਜੀ। ਅੱਛਾ, ਤੁਹਾਨੂੰ ਕੀ ਲੱਗਦਾ ਹੈ ਕਿ ਨਿਊ ਜਨਰੇਸ਼ਨ ਔਰ ਉਹਦੇ ਵਿੱਚ ਕਿੰਨਾ ਗੈਪ ਹੈ, ਮਤਲਬ ਨਿਊ ਜਨਰੇਸ਼ਨ ਨੂੰ ਕਿੰਨਾ ਡਿਫਰੈਂਟ ਲੱਗੂਗਾ ਉਸ ਟਾਈਮ ਤੋਂ ਤੇ ਹੁਣ ਦੇ ਟਾਈਮ ਤੋਂ? ਜਦੋਂ ਮੈਂ ਫਿਲਮ ਸਾਈਨ ਵੀ ਕੀਤੀ ਸੀ ਤਾਂ ਅਸੀਂ ਸ਼ੂਟ ਕਰ ਰਹੇ ਹਾਂ, ਸੋ ਮੈਨੂੰ ਵੀ ਬਹੁਤ ਕੁਛ ਪਤਾ ਚੱਲ ਰਿਹਾ ਜੋ ਮੈਨੂੰ ਨਹੀਂ ਪਤਾ ਸੀ ਕਿ ਅੱਛਾ ਵਾਕਈ ਇੱਦਾਂ ਹੁੰਦਾ ਸੀ ਜਾਂ ਵਾਕਈ ਇੱਦਾਂ ਕਰਦੇ ਸੀ ਜਾਂ ਵਾਕਈ ਪਿੰਡ ਵਿੱਚ ਸ਼ੂਜ਼ ਲਾ ਕੇ ਇੱਕ ਯੂ ਨੋ ਆਉਂਦਾ ਸੀਗਾ ਪੰਡਿਤ ਆਰਤੀ ਉਤਾਰ ਉਤਾਰਨੀ ਕਿ ਰਮਾਇਣ ਆ ਰਹੀ ਹੈ, ਜਾਂ ਫਿਰ ਲੋਕਾਂ ਨੂੰ ਲੱਗਦਾ ਹੁੰਦਾ ਸੀ ਕਿ ਉਹ ਜਿਹੜੇ ਟੈਲੀਵਿਜ਼ਨ ਵਿੱਚ ਬੋਲਦੇ ਨੇ ਇਹ ਵੀ ਸਵਾਲ ਕਰਦੇ ਨੇ ਕਿ ਉਹਨਾਂ ਨੂੰ ਅਸੀਂ ਵੀ ਦਿਸਦੇ ਹਾਂ, ਯੂ ਨੋ ਉਹ ਸਾਨੂੰ ਵੀ ਦੇਖ ਸਕਦਾ ਹੈ, ਉਹ ਭੋਲਾਪਨ ਯੂ ਨੋ ਐਕਸੈਟਰਾ। ਮੈਂ ਓਬਵੀਅਸਲੀ ਆਪਾਂ ਉਹ ਐਕਸਪੀਰੀਅੰਸ ਨਹੀਂ ਕੀਤਾ ਫਸਟ ਹੈਂਡ, ਸੋ ਫਿਲਮ ਵਿੱਚ ਅਸੀਂ ਜਦੋਂ ਸ਼ੂਟ ਕਰਦੇ ਕਰਦੇ ਬਹੁਤ ਕੁਛ ਪਤਾ ਲੱਗਿਆ ਜੋ ਵਧੀਆ ਲੱਗ ਰਿਹਾ। ਔਰ ਇਹ ਜਿਹੜੀ ਮੂਵੀ ਹੈ ਕਦੋਂ ਤੱਕ ਰਿਲੀਜ਼ ਹੋ ਜਾਏਗੀ? ਇਹ ਹੋਪਫੁਲੀ ਮੋਸਟ ਲਾਈਕਲੀ ਜੁਲਾਈ ਤੱਕ ਹੋ ਜਾਣੀ ਚਾਹੀਦੀ ਹੈ। ਹਾਂਜੀ, ਜੁਲਾਈ ਦੇ ਲਾਸਟ ਤੱਕ। ਹਾਂਜੀ, ਨਿਰਬੜੇ ਦੇ ਆਲਮੋਸਟ ਸ਼ੂਟਸ ਇਹਦੇ ਖਤਮ ਹੋ ਗਏ ਜਾਂ ਥੋੜੇ ਜਿਹੇ ਰਹਿੰਦੇ ਹੈ ਜੀ? ਇਹਦਾ ਜਸਟ ਕੁਛ ਸੀਨਸ ਬਾਕੀ ਨੇ ਐਂਡ ਸੌਂਗਸ ਬਾਕੀ ਨੇ ਜੋ ਹੋ ਜਾਣਗੇ ਮਹੀਨੇ ਦੇ ਐਂਡ ਤੱਕ ਹੋ ਜਾਣਗੇ। ਔਰ ਸ਼ੂਟਸ ਇਹਦਾ ਆਲਮੋਸਟ ਸਾਰਾ ਇੱਥੇ ਪੰਜਾਬ 'ਚ ਹੀ ਹੈ ਜਾਂ ਬਾਹਰ ਦੇ ਵੀ ਕੁਛ? ਹਾਂਜੀ, ਪੰਜਾਬ ਵਿੱਚ ਆਲਮੋਸਟ ਸਾਰਾ ਪੰਜਾਬ ਦੇ ਵਿੱਚ ਹੀ ਹੈ। ਸੋ ਮੈਮ ਬਹੁਤ ਬਹੁਤ ਥੈਂਕਸ, ਤੁਹਾਡਾ ਨਾਲ ਗੱਲ ਕਰਕੇ ਪਤਾ ਲੱਗਿਆ। ਥੈਂਕ ਯੂ। ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓਜ਼ ਦੇਖਿਆ ਔਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਕੋਸ਼ਿਸ਼ ਕਰਦੇ ਹਾਂ ਇੱਕ ਨਵੇਂ ਆਰਟਿਸਟ ਦੇ ਨਾਲ ਬਹੁਤ ਜਲਦੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।